ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ PDA ਅਤੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਹਲਕਾ ਫਲੌਰ ਦੇ ਪਿੰਡ ਪਾਸੜਾ ਵਿਖੇ ਬਲਵਿੰਦਰ ਕੁਮਾਰ ਦੇ ਸਮਰਥਕਾਂ ਵੱਲੋਂ ਕਿਰਦਾਰੀ ਲਾਲ ਪਾਸੜਾ ਅਤੇ ਬੂਟਾ ਸਿੰਘ ਪਾਸੜਾ ਦੀ ਅਗਵਾਈ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਪਿੰਡ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇੱਕ ਇੱਕ ਕੀਮਤੀ ਵੋਟ PDA ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਪਾਉਣ ਤਾਂ ਜੋ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਗਿਰਧਾਰੀ ਲਾਲ ਪਾਸੜਾ, ਜੋਗਾ ਸਿੰਘ ਪਾਸੜਾ, ਬੂਟਾ ਸਿੰਘ ਪਾਸੜਾ, ਮਨੀਸ਼ ਕੁਮਾਰ, ਗਗਨ, ਅਮਰਜੀਤ, ਸਾਧੂ ਰਾਮ, ਅਮਨ, ਜਗਜੀਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਮੈਂ ਗਿਰਧਾਰੀ ਲਾਲ ਪਾਸੜਾ, ਬਹੁਜਨ ਸਮਾਜ ਪਾਰਟੀ PDA ਦੇ ਸਾਂਝੇ ਉਮੀਦਵਾਰ ਸਾਥੀ ਬਲਵਿੰਦਰ ਕੁਮਾਰ ਜੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੇ ਵਾਸਤੇ ਅੱਜ ਪਿੰਡ ਪਾਸੜਾ ਵਿਖੇ ਡੋਰ ਟੂ ਡੋਰ ਅਸੀਂ ਮਤਲਬ ਵੋਟਰਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਆ ਸਾਥੀ ਬਲਵਿੰਦਰ ਕੁਮਾਰ ਨੂੰ 19 ਤਰੀਕ ਨੂੰ ਪਾ ਕੇ ਚੋਣ ਨਿਸ਼ਾਨ ਹਾਥੀ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕਰਾਓ, ਤਾਂ ਹੀ ਆਪਾਂ ਇਹਨਾਂ ਤੋਂ ਲੁੱਟੂਆਂ ਤੋਂ ਚੋਰਾਂ ਤੋਂ ਆਪਣਾ ਛੁਟਕਾਰਾ ਕਰ ਸਕਦੇ ਹਾਂ ਜਿਹਨਾਂ ਨੇ 70 ਸਾਲ ਤੋਂ ਸਾਡੇ ਦੇਸ਼ ਨੂੰ ਲੁੱਟਿਆ ਔਰ ਕੁੱਟਿਆ। ਦੁਬਾਰਾ ਮੈਂ ਫਿਰ ਇਹੀ ਬੇਨਤੀ ਕਰਦਾ ਕਿ ਇੱਕ ਇੱਕ ਵੋਟ ਜਿਹੜੀ ਆ 19 ਤਰੀਕ ਨੂੰ ਸਾਥੀ ਬਲਵਿੰਦਰ ਕੁਮਾਰ ਜੀ PDA ਦੇ ਸਾਂਝੇ ਉਮੀਦਵਾਰ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਜਿੱਤੂਗਾ। ਹਾਂਜੀ, ਅੱਜ ਪਿੰਡ ਪਾਸੜਾ ਵਿਖੇ ਅਸੀਂ PDA ਵੱਲੋਂ ਸਾਰੇ ਸਾਥੀ ਇਕੱਠੇ ਹੋ ਕੇ ਗਿਰਧਾਰੀ ਲਾਲ ਜੀ, ਬੂਟਾ ਸਿੰਘ ਜੀ ਪਾਸੜਾ ਐਡਵੋਕੇਟ ਅਤੇ ਹੋਰ ਸਾਰੇ ਸਾਥੀ, ਮੈਂ ਜੋਗਾ ਸਿੰਘ ਪਾਸੜਾ, ਇਕੱਠੇ ਹੋ ਕੇ ਅਸੀਂ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਵੋਟਾਂ ਨੂੰ ਘਰ ਘਰ ਕਹਿਣ ਜਾ ਰਹੇ ਹਾਂ ਅਤੇ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਇੱਕ ਇੱਕ ਆਪਣਾ ਕੀਮਤੀ ਵੋਟ ਹਾਥੀ ਨੂੰ ਪਾ ਕੇ ਕੋਈ ਬਦਲਾਅ ਕਰੋ, ਕਿਉਂਕਿ ਅੱਜ ਤੱਕ ਪੰਜਾ ਔਰ ਤੱਕੜੀ ਕੋਈ ਦੋਵੇਂ ਇਹ ਬਦਲਾਅ ਨਹੀਂ ਹੈ, ਕਦੇ ਪੰਜਾ ਅਤੇ ਕਦੇ ਤੱਕੜੀ, ਇਹ ਦੋਵੇਂ ਵਾਰੀ ਵਾਰੀ ਲੈ ਆਉਂਦੇ ਆਪਾਂ, ਇਹ ਕੋਈ ਬਦਲਾਅ ਨਹੀਂ ਹੈ। ਜ਼ਰੂਰੀ ਆ ਕਿ ਆਪਾਂ ਇਹ ਸਾਰੇ ਸੰਘਰਸ਼ਸ਼ੀਲ ਯੋਧੇ ਜਿਹੜੇ ਇਕੱਠੇ ਹੋਏ ਆ ਇਹਨਾਂ ਨੂੰ ਇੱਕ ਵਾਰ ਮੌਕਾ ਦੇਈਏ ਅਤੇ ਜਿਤਾ ਕੇ ਕੋਈ ਪੰਜਾਬ ਦੀ ਨੁਹਾਰ ਸੁਧਰ ਸਕੇ। ਅੱਜ ਅਸੀਂ ਬਲਵਿੰਦਰ ਕੁਮਾਰ, ਜੋ ਕਿ ਜ਼ਿਲ੍ਹਾ ਜਲੰਧਰ ਵਿੱਚ PDA ਦੇ MP ਦੇ ਉਮੀਦਵਾਰ ਹੈ, ਅਸੀਂ ਪਿੰਡ ਵਿੱਚ ਘਰ ਘਰ ਜਾ ਕੇ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਲੋਕਾਂ ਨੂੰ ਦੱਸਿਆ ਆ ਅਤੇ ਜਾਣੂ ਕਰਵਾਇਆ ਕਿ ਕਿਵੇਂ ਸਾਨੂੰ ਅਕਾਲੀ ਭਾਜਪਾ ਨੇ ਲੁੱਟਿਆ, ਕੁੱਟਿਆ, ਦਰੜਿਆ ਆ ਅਤੇ ਗਰੀਬ ਲੋਕਾਂ ਨੂੰ ਜਿਹੜਾ ਹੈਗਾ ਸਿਰਫ ਦਾਲ ਰੋਟੀ ਜੋਗਾ ਹੀ ਕੰਮ ਕਰਨ ਜੋਗਾ ਰਹਿ ਛੱਡਿਆ ਆ। ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਉਹਨਾਂ ਨੂੰ ਭਜਾਉਣ ਲਈ ਅਤੇ ਅਕਾਲੀ ਭਾਜਪਾ ਨੂੰ ਭਜਾਉਣ ਲਈ ਅਤੇ ਕਾਂਗਰਸ ਨੂੰ ਹਰਾਉਣ ਲਈ ਬਲਵਿੰਦਰ ਕੁਮਾਰ ਨੂੰ ਬਹੁਗਿਣਤੀ ਦੇ ਵਿੱਚ ਸਹਿਯੋਗ ਕਰੋ, ਵੱਧ ਤੋਂ ਵੱਧ ਵੋਟਾਂ ਪਾਓ ਅਤੇ ਹਾਥੀ ਨੂੰ ਕਾਮਯਾਬ ਕਰਾਓ, PDA ਨੂੰ ਕਾਮਯਾਬ ਕਰੋ।